ਗਲੀ ਦਾ ਗੇਟ ਬੰਦ ਹੋਣ ਤੇ ਦੋ ਧਿਰਾਂ ਆਮੋ ਸਾਹਮਣੇ ਹੋਈਆਂ ਨੇ। ਦਰਅਸਲ ਗਲੀ ਦੇ ਅੰਦਰ ਇੱਕ ਗੈਸਟ ਹਾਊਸ ਬਣਾਇਆ ਗਿਆ ਤੇ ਗੈਸਟ ਹਾਊਸ ਦੇ ਜੋ ਲੜਕੇ ਨੇ ਉਹਨਾਂ ਅਤੇ ਗਲੀ ਵਾਲਿਆਂ ਦੇ ਵਿਚਕਾਰ ਜੰਮ ਕੇ ਝੜਪ ਹੋਈ ਹੈ। ਹਾਲਾਂਕਿ ਇਸ ਝੜਪ ਦੇ ਵਿੱਚ ਕਈ ਲੋਕ ਜ਼ਖਮੀ ਵੀ ਹੋਏ ਨੇ ਤਾਂ ਦੱਸ ਦਈਏ ਕਿ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਵੀ ਕਰਵਾਇਆ ਗਿਆ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਰੋਜ਼ ਦੀ ਤਰ੍ਹਾਂ ਜਦੋਂ ਗਲੀ ਵਾਲੇ ਗੇਟ ਬੰਦ ਕਰਨ ਲੱਗੇ ਤਾਂ ਗੈਸਟ ਹਾਊਸ ਦੇ ਵਿੱਚ ਜੋ ਰਹਿਣ ਵਾਲੇ ਲੜਕੇ ਸੀ ਉਹਨਾਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਪਰ ਕਿਹਾ ਜਾ ਰਿਹਾ ਕਿ ਗੱਲ ਇੱਥੇ ਤੱਕ ਵੱਧ ਗਈ ਕਿ ਦੋਹਾਂ ਦੇ ਵਿਚਕਾਰ ਹਿੰਸਕ ਝੜਪ ਹੁੰਦੀ ਹੈ। ਹਾਲਾਂਕਿ ਹਿੰਸਕ ਝੜਪ ਹੋਣ ਦੇ ਨਾਲ ਨਾਲ ਕਿਹਾ ਜਾ ਰਿਹਾ ਕਿ ਦੋਵਾਂ ਧਿਰਾਂ ਦੇ ਵੱਲੋਂ ਲਾਠੀ ਡੰਡੇ ਚੱਕ ਲਏ ਜਾਂਦੇ ਆ ਤੇ ਇੱਕ ਦੂਜੇ ਦੇ ਉੱਤੇ ਲਾਠੀ ਡੰਡਿਆਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਤੇ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਲੋਕ ਨੇ ਉਹ ਆਪਸ ਦੇ ਵਿੱਚ ਲੜਦੇ ਨਜ਼ਰ ਆ ਰਹੇ ਨੇ। ਹਾਲਾਂਕਿ ਇੱਕ ਤਸਵੀਰ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜੋ ਗੈਸਟ ਹਾਊਸ ਹੈ ਉਸਦਾ ਇੱਕ ਸ਼ਖਸ ਦੇ ਵੱਲੋਂ ਲੋਹੇ ਦੀ ਰਾਡ ਦੇ ਨਾਲ ਸ਼ੀਸ਼ਾ ਵੀ ਭੰਨਿਆ ਜਾ ਰਿਹਾ ਤਾਂ ਦੂਜੇ ਪਾਸੇ ਇੱਕ ਔਰਤ ਵੀ ਇਸ ਝੜਪ ਦੇ ਵਿੱਚ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ। ਮੁਹੱਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਜੋ ਇਹ ਗੈਸਟ ਹਾਊਸ ਹੈ ਇਸ ਦੇ ਵਿੱਚ ਅਕਸਰ ਲੜਕੇ ਅਤੇ ਲੜਕੀਆਂ ਆਉਂਦੇ ਰਹਿੰਦੇ ਨੇ, ਗਲਤ ਕੰਮ ਹੁੰਦੇ ਨੇ, ਅਜਿਹੇ ਇਲਜ਼ਾਮ ਉਹਨਾਂ ਦੇ ਵੱਲੋਂ ਲਗਾਏ ਗਏ ਨੇ। ਤਾਂ ਦੱਸ ਦਈਏ ਕਿ ਗਲੀ ਵਾਲਿਆਂ ਅਤੇ ਗੈਸਟ ਹਾਊਸ ਵਾਲਿਆਂ ਦੇ ਵਿਚਕਾਰ ਇਹ ਤਿੱਖੀ ਝੜਪ ਹੋਈ ਹੈ। ਇੱਕ ਦੂਜੇ ਦੇ ਉੱਤੇ ਲਾਠੀ ਡੰਡਿਆਂ ਦੇ ਨਾਲ ਹਮਲਾ ਕਰ ਦਿੱਤਾ ਗਿਆ। ਫਿਲਹਾਲ ਹੁਣ ਪੁਲਿਸ ਨੂੰ ਵੀ ਇਸ ਦੀ ਸੂਚਨਾ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤੇ ਦੂਜੇ ਪਾਸੇ ਜੋ ਗੈਸਟ ਹਾਊਸ ਦਾ ਮਾਲਕ ਹੈ ਉਸਦਾ ਕਹਿਣਾ ਕਿ ਉਸਦਾ ਵੱਡਾ ਨੁਕਸਾਨ ਹੋਇਆ ਕਿਉਂਕਿ ਸਾਰੇ ਹੀ ਸ਼ੀਸ਼ੇ ਜੋ ਅੰਦਰ ਸੀ ਉਹ ਤੋੜ ਦਿੱਤੇ ਗਏ ਨੇ। ਤਾਂ ਮੋਗਾ ਤੋਂ ਇਹ ਮਾਮਲਾ ਸਾਹਮਣੇ ਆਇਆ। ਹਸਪਤਾਲ ਦਾਖਲ ਹੋਣ ਦਾ ਕਾਰਨ ਇਹ ਹੈ ਕਿ ਸਾਡੇ ਮੁਹੱਲੇ ਦੇ ਵਿੱਚ ਮੈਨੂੰ ਫੈਂਸ ਵਾਲਾ ਰਹਿੰਦਾ, ਜੋ ਉਹਨੇ ਯਾਨੀ ਕਿ ਦੁਕਾਨਾਂ ਮਾਰਕੀਟ ਪਾਈ ਹੋਈ ਹੈ, ਉਹ ਪਹਿਲਾਂ ਸਾਲ ਸਹੀ ਚੱਲਦਾ ਰਿਹਾ, ਹੁਣ ਉਹਨੇ ਦੇਹ ਵਪਾਰ ਦਾ ਕੰਮ ਕੀਤਾ ਹੋਇਆ। ਅਸੀਂ ਰਾਤ ਨੂੰ ਗੇਟ ਜ਼ਰੂਰ ਲਾਉਂਦੇ ਹਾਂ, ਉਹ ਕਹਿੰਦੇ ਗੇਟ ਨਹੀਂ ਲਾਉਣਾ ਗਾ, ਇਹ ਖੁੱਲ੍ਹਾ ਰਹੂਗਾ, ਇੱਥੇ ਐਂ ਚੱਲਦਾ ਰਹੂਗਾ ਧੰਦਾ। ਅਤੇ ਸਾਡੀ ਅਸੀਂ ਜਦੋਂ ਰੋਕ ਟੋਕ ਕੀਤੀ ਅਤੇ ਉਹਨਾਂ ਨੇ ਬੰਦੇ ਬੁਲਾ ਕੇ ਸਾਨੂੰ ਕੁੱਟਮਾਰ ਕੀਤੀ ਹੈ, ਮੈਨੂੰ, ਮੇਰੇ ਲੜਕੇ ਨੂੰ ਅਤੇ ਮੁਹੱਲੇ ਦੇ ਯਾਨੀ ਕਿ ਲੇਡੀ ਨੂੰ, ਠੀਕ ਹੈ, ਉਹਨੇ ਕੁੱਟਮਾਰ ਕੀਤੀ ਹੈ, ਇੱਟਾਂ ਰੋੜੇ ਬਹੁਤ ਚਲਾਏ ਸਾਡੇ 'ਤੇ। ਅਸੀਂ ਸਾਰੇ ਮੁਹੱਲੇ ਵਾਲਿਆਂ ਨੇ ਆਪਦਾ ਭੱਜ ਕੇ ਬਚਾ ਕੇ ਯਾਨੀ ਕਿ ਆਪਦਾ ਬਚਾ ਕੀਤਾ ਭੱਜ ਕੇ, ਅਤੇ ਉਹਨਾਂ ਨੇ ਯਾਨੀ ਕਿ ਅਸੀਂ ਤਾਂ ਦਾਖਲ ਹਾਂ, ਉਹਨਾਂ ਨੇ ਫਿਰ ਹੁਣ ਮੰਡੀਰ ਦੁਕਾਨ 'ਤੇ ਉੱਥੇ ਬਾਈ ਹੋਈ ਹੈ, ਫਿਰ ਉਹਨਾਂ ਨੇ ਖੋਲ ਲਿਆ, ਕਹਿੰਦਾ ਇਹ ਕੰਮ ਚੱਲੂਗਾ, ਇਹਨੂੰ ਬੰਦ ਨਹੀਂ ਤੁਸੀਂ ਕਰਾ ਸਕਦੇ। ਮੁਹੱਲੇ ਵਾਲੇ ਵਿਰੋਧ ਕਰਦੇ ਆ ਕਿ ਇੱਥੇ ਕੰਮ ਨਹੀਂ ਹੁੰਦੇ ਨੇ, ਕਿ ਮਸ਼ੀਨ ਅਗਰ ਹੈ ਇਹ ਖੁਦਾ ਦਾ ਕੋਈ ਤਾਂ ਯਾਨੀ ਕਿ ਉਹ ਹੈਗਾ, ਠੀਕ ਹੈ, ਵਸਤੀ ਹੈ, ਇੱਥੇ ਗਲਤ ਕੰਮ ਨਹੀਂ ਹੋਣ ਦੇਣਾ ਗਾ। ਕਿੰਨੇ ਜਣੇ ਸੀ ਉਹ? 10-15 ਜਣੇ ਸੀਗੇ। ਕੋਈ ਸੀ ਉਹਨਾਂ ਕੋਲੇ? ਉਹਨਾਂ ਕੋਲ ਰਾੜਾਂ ਸੀਗੀਆਂ, ਉਹਨਾਂ ਨੇ ਇੱਟਾਂ ਚੱਕ ਲਈਆਂ। ਮੰਨੂ ਕੋਲੇ ਵੀਡੀਓ ਸਾਰੀ ਬਣੀ ਹੋਈ ਹੈ, ਪਰ ਉਹ ਵੀਡੀਓ ਉਹਨੇ ਪੁਲਿਸ ਵਾਲਿਆਂ ਨੂੰ ਦਿੱਤੀ ਨਹੀਂ, ਜਿਹੜੀ ਸਾਡੀ ਵੀਡੀਓ ਕਲਿੱਪ ਆ ਛੋਟੀ ਜੀ ਉਹ ਦਿੱਤੀ ਹੈ ਕਿ ਇਹਨਾਂ ਨੇ ਇੱਟਾਂ ਰੋੜੇ ਸਾਡੇ ਚਲਾਏ ਆ। ਆਪਦੀ ਪੂਰੀ ਵੀਡੀਓ ਦਿੱਤੀ ਨਹੀਂ, ਜਿਹੜੀ ਉਹਨਾਂ ਦੀ ਮੰਡੀਰ ਆਈ ਹੈ, ਉਹਨਾਂ ਨੇ ਕੁੱਟਮਾਰ ਕੀਤੀ ਹੈ, ਉਹਨੇ 3 ਕੈਮਰੇ 4 ਕੈਮਰੇ ਲਾਏ ਹੋਏ ਆ, ਉਹਦੇ ਕੋਲ ਸਾਰੀ ਰਿਕਾਰਡਿੰਗ ਹੈਗੀ ਹੈ, ਪਰ ਪੁਲਿਸ ਵਾਲੇ ਵੀ ਉਹਨਾਂ ਦਾ ਸਾਥ ਦੇ ਰਹੇ ਆ ਕਿ ਪੁਲਿਸ ਵਾਲਿਆਂ ਨੇ ਪੈਸੇ ਖਾਧੇ ਆ। ਅਸੀਂ ਸ਼ਨੀਵਾਰ ਐਪਲੀਕੇਸ਼ਨ ਟਾਈਪ ਕਰਾਈ ਸੀਗੀ, ਐਤਵਾਰ ਦਾ ਈਸਟਰ ਸੀਗਾ, ਅਤੇ ਅਸੀਂ ਕਿਹਾ ਚਲੋ ਈਸਟਰ ਤੋਂ ਬਾਅਦ ਦੇਵਾਂਗੇ, ਅਤੇ ਉਹਨਾਂ ਨੇ ਜਿੱਦਣ ਅਸੀਂ ਸ਼ਨੀਵਾਰ ਯਾਨੀ ਕਿ ਗੇਟ ਲਾਇਆ, ਇੱਕ ਦਿਨ ਪਹਿਲਾਂ ਗੇਟ ਲਾਇਆ ਸੀ, ਉਹਨਾਂ ਨੇ ਗੇਟ ਲਾਉਣ ਤੋਂ ਰੋਕਤਾ, ਫਿਰ ਅਸੀਂ ਸ਼ਨੀਵਾਰ ਗੇਟ ਲਾਇਆ, ਜਦੋਂ ਉਹ ਕਹਿੰਦੇ ਕੁੜੀਆਂ ਲੈ ਕੇ ਜਾਣੀਆਂ, ਮੈਂ ਕਿਹਾ ਬਾਈ ਇੱਥੇ ਧੰਦੇਬਾਜ਼ੀ ਨਹੀਂ ਚੱਲਣੀਗੀ, ਅਤੇ ਉਹਨਾਂ ਨੇ ਉਹਦੀ ਫੋਨ ਕੀਤਾ, ਮਨਜੀਤ ਸਦਰੀ, ਰਾਤ ਨੂੰ 10 ਵਜੇ ਦਾ ਟਾਈਮ ਹੈ, ਅਸੀਂ ਰਾਤ ਨੂੰ ਗੇਟ 10 ਵਜੇ ਲਾ ਦਿੰਦੇ ਹਾਂ, 5 ਸਾਲ ਹੋ ਗਏ ਸਾਨੂੰ ਗੇਟ ਲਾਉਂਦੇ ਨੂੰ, ਅਤੇ ਹੁਣ ਰੋਕਦੇ ਪਏ ਕਿ ਗੇਟ ਨਹੀਂ ਲਾਉਣਾ ਗਾ। ਤੁਸੀਂ ਪੁਲਿਸ ਨੂੰ ਦਰਖਾਸਤ ਦਿੱਤੀ? ਪੁਲਿਸ ਨੂੰ ਦਰਖਾਸਤ DC ਸਾਹਿਬ ਨੂੰ ਦਿੱਤੀ ਹੈ, ਅੱਜ ਹੀ ਦੇ ਕੇ ਆਏ ਹਾਂ, ਸਾਡੇ ਚੇਅਰਮੈਨ ਚਰਚ ਦੇ ਪਾਸਟਰ ਜੀ। ਮੰਗ ਅਸੀਂ ਬੰਦ ਕਰਾਉਣਾ ਚਾਹੁੰਦੇ ਹਾਂ, ਉੱਥੇ ਗਲਤ ਕੰਮ ਨਹੀਂ ਹੋਣ ਦੇਣਾ, ਨਾ ਹੋ। ਇਹ ਲੜਾਈ ਝਗੜਾ ਸ਼ਨੀਵਾਰ ਹੋਇਆ ਜੀ, ਰਾਤ ਨੂੰ 10 ਵਜੇ।
ਮੈਂ ਹੋਟਲ ਇਹ ਆਪਣਾ ਠੇਕੇ 'ਤੇ ਦਿੱਤਾ ਹੋਇਆ ਜੀ, ਇਹਨਾਂ ਗਲੀ ਵਾਲਿਆਂ ਨਾਲ 31 ਮਾਰਚ ਵਾਲੇ ਦਿਨ ਠੇਕੇ ਠੁੱਕੇ ਟੁੱਟੇ, ਸਾਰਿਆਂ ਦੇ ਪੈਗ ਪੁੱਗ ਲੱਗੇ ਸੀ, ਮੁੰਡਿਆਂ ਨੇ ਬਾਹਰੋਂ ਆਉਣਾ ਸੀਗਾ ਅਤੇ ਇਹ ਗਲੀ ਵਾਲੇ ਰੋਕਣ ਲੱਗ ਗਏ ਅਤੇ ਉੱਥੇ ਇਹਨਾਂ ਦੀ ਹੱਥੋਂ ਪਾਈ ਹੋ ਗਈ ਅਤੇ ਉਸ ਤੋਂ ਬਾਅਦ ਗਲੀ ਵਾਲਿਆਂ ਨੇ ਵਿੱਚੋਂ 2-3 ਜਣਿਆਂ ਨੇ ਜਿਹੜੇ ਮੁੰਡੇ ਹੈਗੇ ਆ ਉਹਨਾਂ ਨੇ ਹੋਟਲ ਭੰਨਤਾ ਜੀ। ਕੀ ਕਾਰਨ ਕੀ ਰਿਹਾ, ਕਿਉਂ ਭੰਨਿਆ? ਕਾਰਨ ਕਹਿੰਦੇ ਵੀ ਇੱਥੋਂ ਹੋਟਲ ਨਹੀਂ ਚੱਲਣ ਦੇਣਾ। ਪਹਿਲਾਂ ਕੋਈ ਤੁਹਾਨੂੰ ਗੱਲ ਕੀਤੀ ਸੀ ਇਹਨਾਂ ਨੇ? ਨਹੀਂ ਨਹੀਂ, ਗੱਲ ਕੋਈ ਨਹੀਂ ਕੀਤੀ, ਗੱਲ ਕੀਤੀ ਹੁੰਦੀ ਤਾਂ ਸਾਰਾ ਮਸਲਾ ਹੀ ਸੌਰਟ ਆਊਟ ਹੋ ਜਾਣਾ ਸੀ। ਪਰ ਜਿਵੇਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਹੋਟਲ ਦੇ ਵਿੱਚ ਗਲਤ ਕੰਮ ਹੁੰਦੇ ਸੀ ਜਿਸ ਕਰਕੇ ਉਹ ਵਿਰੋਧ ਕਰਦੇ ਸੀ, ਅੱਗੇ ਵੀ ਤੁਹਾਨੂੰ ਕਈ ਵਾਰ ਸਮਝਾਇਆ? ਨਹੀਂ ਨਹੀਂ, ਗਲਤ ਕੰਮ ਕੋਈ ਨਹੀਂ ਹੋਏ, ਕੋਈ ਮੇਰੇ ਕੋਲ ਕਿਸੇ ਨੇ ਆ ਕੇ ਕੋਈ ਗੱਲ ਨਹੀਂ ਕੀਤੀ। ਬਸ ਇਹਨਾਂ ਨੇ ਆ ਕੇ ਸਿੱਧਾ ਪਹਿਲਾਂ ਇਹ ਧਮਕੀਆਂ ਦਿੰਦੇ ਹੁੰਦੇ ਸੀ, ਪਹਿਲਾਂ ਜਦੋਂ ਆਹ ਬਿਲਡਿੰਗ ਬਣਾਉਣੀ ਸੀ ਕਹਿੰਦੇ ਸੀ ਅਸੀਂ ਤੇਰੀ ਬਿਲਡਿੰਗ ਨਹੀਂ ਬਣ ਦੇਣੀ, ਮੈਨੂੰ ਲੈਂਟਰ ਨਹੀਂ ਪਾਉਣ ਦਿੰਦੇ ਸੀਗੇ, ਕਿਤੇ ਪਰੇਸ਼ਾਨੀਆਂ ਕ੍ਰੀਏਟ ਕਰਦੇ ਸੀਗੇ। ਹੁਣ ਜਦੋਂ ਹੋਟਲ ਮੈਂ ਠੇਕੇ 'ਤੇ ਦੇਤਾ ਉਸ ਤੋਂ ਬਾਅਦ ਚਲੋ ਹੋਟਲ 'ਚ ਆਉਂਦਾ ਜਾਂਦਾ ਤਾਂ ਹੁੰਦਾ ਹੀ ਆ ਹਰੇਕ, ਅਤੇ ਫਿਰ ਇਹ ਕਹਿਣ ਲੱਗ ਗਏ ਗਲਤ ਕੰਮ ਆ, ਇਹ ਕਰ ਨਹੀਂ ਦੇਣਾ ਅਸੀਂ, ਆਏ ਨਹੀਂ ਅਤੇ ਬਸ। ਬੰਦਾ ਵੀ ਕੋਈ ਜ਼ਖਮੀ ਹੋਇਆ ਤੁਹਾਡਾ? ਹਾਂਜੀ, ਬੰਦਾ ਇੱਕ ਜ਼ਖਮੀ ਹੋਇਆ ਜਿਹੜਾ ਹੋਟਲ ਦਾ ਮੁਲਾਜ਼ਮ ਸੀਗਾ। ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ? ਨੁਕਸਾਨ ਹੋ ਹੀ ਗਿਆ ਜੀ 70-80 ਹਜ਼ਾਰ ਦੇ ਕਰੀਬ। ਮੁੰਡੇ ਗੇਟ ਬੰਦ ਕਰਨ ਲੱਗੇ ਸੀਗੇ ਅਤੇ ਉਹ ਜਿਹੜੇ ਦੁਕਾਨ ਵਾਲੇ ਸੀਗੇ ਉਹ ਕਹਿੰਦੇ ਸੀ ਅਸੀਂ ਗੇਟ ਨਹੀਂ ਬੰਦ ਕਰਨ ਦੇਣਾ, ਇਹ ਗੇਟ ਦਿਨ ਰਾਤ ਐਂ ਖੁੱਲ੍ਹਾ ਰਿਹਾ ਕਰੂਗਾ ਅਤੇ ਜਿਹੜਾ ਕੋਈ ਬੰਦ ਕਰਾਊਗਾ ਤਾਂ ਇੱਥੇ ਤਾਂ ਮਾਰਕੁੱਟ ਐਂ ਹੀ ਹੋਊਗੀ। ਅਤੇ ਮੈਂ ਤਾਂ ਆਪਦੇ ਘਰ ਕੰਮ ਕਰੀ ਜਾਂਦੀ ਸੀ, 3 ਮੰਜ਼ਿਲ 'ਤੇ ਚੜ੍ਹੇ ਹੋਏ ਸੀ ਉਹਨਾਂ ਦੇ ਬੰਦੇ, ਅਤੇ ਮੈਨੂੰ ਤਾਂ ਪਤਾ ਨਹੀਂ ਲੱਗਾ ਕਦੋਂ ਉਹਨਾਂ ਨੇ ਰੋੜੇ ਮਾਰਨੇ ਸ਼ੁਰੂ ਕਰਤੇ ਘਰਾਂ ਦੇ ਵਿੱਚ, ਅਤੇ ਉਹ ਰੋੜਾ ਆ ਕੇ ਮੇਰੇ ਵੱਜਿਆ ਕੇ ਅਤੇ ਮੇਰੇ ਟਾਂਕੇ ਲੱਗੇ ਹੁਣ ਹੱਥ ਦੇ ਉੱਤੇ। ਸੀ ਉਹ ਬੰਦੇ? ਉਹ ਮੈਂ ਤਾਂ ਪਛਾਣਦੀ ਨਹੀਂ, ਬਾਹਰੋਂ ਦੁਕਾਨਾਂ ਵਾਲੇ ਦੇ ਸੀਗੇ, 14-15 ਬੰਦੇ ਸੀਗੇ, ਕੋਠੇ 'ਤੇ ਚੜ੍ਹੇ ਹੋਏ ਸੀਗੇ, ਉੱਤੋਂ ਉਹਨਾਂ ਨੇ ਰੋੜੇ ਮਾਰਨੇ ਸ਼ੁਰੂ ਕਰਤੇ ਸਾਰਿਆਂ ਦੇ। ਕੀ ਕਰਦੇ ਹੋ? ਉਹ ਉਹਨਾਂ ਨੇ ਫਾਈਨੈਂਸ ਤਾਂ ਪਹਿਲਾਂ ਸੀ ਕੰਮ, ਫਿਰ ਉਹਨਾਂ ਨੇ ਜੀ ਕਹਿੰਦੇ ਅਸੀਂ ਰਿਹਾਇਸ਼ ਕਰਨੀ ਇੱਥੇ, ਅਤੇ ਉਹ ਰਿਹਾਇਸ਼ ਵੀ ਨਹੀਂ ਕੀਤੀ, ਉਹਨਾਂ ਨੇ ਦੁਕਾਨਾਂ ਖੋਲ੍ਹ ਲਈਆਂ ਅਤੇ ਵਿੱਚ ਉਹ ਇੱਕ ਹੋਰ ਉਹਨਾਂ ਨੇ ਉਹ ਫਰੈਂਡਸ ਕਿਹੜਾ ਕੰਮ ਉਹਨਾਂ ਨੇ ਖੋਲ੍ਹ ਲਿਆ ਉੱਥੇ, ਉੱਥੇ ਹੁਣ ਮੁੰਡੀਆਂ ਮੁੰਡੇ ਕੁੜੀਆਂ ਆਉਂਦੇ ਜਾਂਦੇ ਅਤੇ ਮੁਹੱਲੇ ਲਈ ਰੋਕਦੇ ਆ, ਅਤੇ ਉਹ ਰੋ ਕਹਿੰਦੇ ਨਹੀਂ ਇਹ ਤਾਂ ਕੰਮ ਚੱਲੂਗਾ ਇੱਥੇ, ਅਤੇ ਗੇਟ ਵੀ ਦਿਨ ਰਾਤ ਖੁੱਲ੍ਹਾ ਰਹੂਗਾ।